ਕਹਿੰਦੇ ਕਿ ਇਨਸਾਨ ਦਸਤਾਰ ਰਫਤਾਰ ਤੇ ਗੁਫਤਾਰ ਤੋਂ ਪਹਿਚਾਣਿਆ ਜਾਂਦਾ ਬਿਲਕੁਲ ਭਾਰਤੀ ਨਾਰੀ ਦੇ ਵਾਸਤੇ ਕਹਿੰਦੇ ਅਜਿਹਾ ਪਹਿਰਾਵਾ ਜਿਹੜਾ ਕਿ ਉਹਦੇ ਸਰੀਰ ਨੂੰ ਕੱਜ ਦੇਵੇ ਸਲੀਕੇ ਨਾਲ ਪਹਿਨਿਆ ਹੋਵੇ ਤਾਂ ਉਹੀ ਉਹਦੇ ਵਾਸਤੇ ਨਿਸ਼ਚਿਤ ਸੀਗਾ ਔਰ ਚੰਗਾ ਵੀ ਨਿਸ਼ਚਿਤ ਵੀ ਔਰ ਚੰਗਾ ਵੀ ਕੀ ਲੱਗਦਾ ਕਿ ਜੋ ਅਜੋਕਾ ਫੈਸ਼ਨ ਇੰਨਾ ਹਾਵੀ ਹੋ ਗਿਆ ਸਾਡੇ 'ਤੇ ਕੀ ਇਹਨੇ ਸਾਡੇ ਜੋ ਅਸਲੀ ਸਾਡਾ ਸੁਹੱਪਣ ਸੀ ਉਹਨੂੰ ਮਾਰ ਦਿੱਤਾ ਅਤੇ ਕਿਸ ਹੱਦ ਤੱਕ ਮਾਰ ਦਿੱਤਾ ਫੈਸ਼ਨ ਕੇਵਲ ਸਿਰਫ ਸਾਨੂੰ ਢੱਕਣ ਵਾਸਤੇ ਨਹੀਂ ਬਣਿਆ ਸੀ ਫੈਸ਼ਨ ਸਾਡਾ ਅਹੁਦਾ ਰੈਂਕ ਦਿਖਾਉਣ ਵਾਸਤੇ ਵੀ ਬਣਿਆ ਸੀ ਤੁਸੀਂ ਦੇਖਿਆ ਉਹਨੇ ਕਬੀਲਿਆਂ 'ਚ ਜੀ ਜਿਹੜਾ ਸਭ ਤੋਂ ਵੱਡਾ ਸਰਦਾਰ ਹੁੰਦਾ ਉਹਨੇ ਸਭ ਤੋਂ ਵੱਡਾ ਦੰਦ ਪਾਇਆ ਹੁੰਦਾ ਜਿਹੜਾ ਸ਼ੇਰ ਮਾਰਿਆ ਹੁੰਦਾ ਬਿਲਕੁਲ ਯੈਸ ਅਤੇ ਸਾਡਾ ਅਹੁਦਾ ਵੀ ਦੱਸਦਾ ਸਾਡੇ ਕਲਚਰ ਨੂੰ ਵੀ ਸ਼ੋਅ ਕਰਦਾ ਅਸੀਂ ਕਹਿੰਦੇ ਹਾਂ ਕਿ ਉਹ ਲੋਕ ਅਸ਼ਲੀਲ ਹੈਗੇ ਆ ਨਗਨਤਾ ਵੱਲ ਜਾ ਰਹੇ ਪਰ ਕੀ ਤੁਹਾਨੂੰ ਲੱਗਦਾ ਕਿ ਜਿਹੜੀ ਅਸੀਂ ਸਾੜੀ ਜਿਹਨੂੰ ਅਸੀਂ ਸੱਭਿਆਚਾਰ ਦੀ ਸਭ ਤੋਂ ਉੱਚੀ ਚੀਜ਼ ਸਮਝਦੇ ਹਾਂ ਬਟ ਸਾਡੇ ਹੀ ਥੀਏਟਰ ਸਿਨੇਮਾ ਬਾਲੀਵੁੱਡ 'ਚ ਉਸ ਸਾੜੀ ਨੂੰ ਜਦੋਂ ਰੇਨ ਡਾਂਸ ਦਿਖਾਇਆ ਜਾਂਦਾ ਹੈ ਤਾਂ ਕਿਸ ਤਰ੍ਹਾਂ ਪ੍ਰੋਜੈਕਟ ਕੀਤਾ ਜਾਂਦਾ ਬਿਲਕੁਲ ਬਿਲਕੁਲ ਜਿਹੜਾ ਸੂਟ ਹੈ ਅਗਰ ਉਹ ਬਹੁਤ ਵੱਡਾ ਗਲਾ ਪਾਇਆ ਗਿਆ ਹੋਏ ਉੱਤੇ ਤੱਕ ਸਲਿਟ ਕੀਤੇ ਗਏ ਹੋ ਬਿਲਕੁਲ ਹੈ ਨਾ ਅਤੇ ਮੈਂ ਇੱਥੇ ਇਹ ਕਹਿਣਾ ਚਾਹਾਂਗੀ ਕਿ ਜੋ ਅਸੀਂ ਪਾ ਰਹੇ ਹਾਂ ਉਹ ਸਲੀਕੇ ਨਾਲ ਚੱਜ ਨਾਲ ਪਾਈਏ ਸਾੜੀ ਜੇ ਸੋਹਣੇ ਤਰੀਕੇ ਨਾਲ ਬੰਨੀ ਹੋਏਗੀ ਕੱਜ ਕੇ ਬੰਨੀ ਹੋਏਗੀ ਤੇ ਉਹ ਬਹੁਤ ਸੋਹਣੀ ਹੈ ਬਿਲਕੁਲ ਪਰ ਉਹੀ ਸਾੜੀ ਅਗਰ ਤੁਸੀਂ ਬਾਲੀਵੁੱਡ ਦੇ ਵਿਚਾਰ ਦੇ ਹਿਸਾਬ ਨਾਲ ਦੇਖੋਗੇ ਤੇ ਉਹ ਰੇਨ ਡਾਂਸ ਵਾਸਤੇ ਵੀ ਯੂਜ਼ ਹੋ ਸਕਦੀ ਹੈ ਔਰ ਉਹਦਾ ਕੋਈ ਮੰਤਵ ਹੀ ਹੋਰ ਹੋ ਜਾਏਗਾ ਬਿਲਕੁਲ ਸਾਡਾ ਕਹਿਣ ਨੂੰ ਪੰਜਾਬੀ ਸੂਟ ਅਸੀਂ ਅਗਰ ਵੱਡੇ ਵੱਡੇ ਗਲੇ ਡੀਪ ਗਲੇ ਪਾ ਕੇ ਹੈ ਨਾ ਖਲੇਰ ਕੇ ਚੁੰਨੀ ਨਾ ਲਈਏ ਔਰ ਉਹਨੂੰ ਵੱਡੇ ਵੱਡੇ ਇੱਥੇ ਤੱਕ ਸਲਿਟ ਹੋਣ ਤੇ ਕੀ ਉਹ ਸਾਡੀ ਭਾਰਤੀ ਦਾ ਤਾਂ ਕੀ ਉਹ ਚਿੰਨ੍ਹ ਹੈ ਜੀ ਬਿਲਕੁਲ ਤੇ ਮੈਂ ਬੱਚਿਆਂ ਨੂੰ ਇੱਥੇ ਆਹਵਾਨ ਕਰਾਂਗੀ ਆਪਣੇ ਯੂਥ ਨੂੰ ਕਿ ਸਿਰਫ ਇਹ ਨਾ ਸੋਚਣ ਕਿ ਵੈਸਟਰਨ ਡਰੈਸ ਮਾੜੀ ਹੈ ਸਾਡੀ ਇੰਡੀਅਨ ਡਰੈਸ ਨੂੰ ਵੀ ਅਸੀਂ ਸੋਹਣੇ ਸੁਚੱਜੇ ਢੰਗ ਨਾਲ ਪਾਉਣਾ ਹੈ ਔਰ ਉਹਨੂੰ ਵੀ ਅਸੀਂ ਮਤਲਬ ਆਪਣੇ ਅੰਗ ਪ੍ਰਦਰਸ਼ਨ ਦਾ ਤਰੀਕਾ ਨਹੀਂ ਬਣਾ ਬਿਲਕੁਲ